ਕੀ ਤੁਸੀਂ ਜਾਣਦੇ ਹੋ ਹਰ ਸਾਲ ਕਿੰਨੇ ਲੋਕ ਆਈਲੈਟਸ ਦਾ ਪੇਪਰ ਦਿੰਦੇ ਨੇ ਆਈਲੈਟਸ ਨੂੰ ਕਿਸ ਯੂਨੀਵਰਸਿਟੀ ਨੇ ਤਿਆਰ ਕੀਤਾ ਹੈ ਆਈਲੈਟਸ ਦਾ ਪੇਪਰ ਦੇਣ ਲਈ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਤੁਸੀਂ ਕਿਵੇਂ ਘਰ ਬੈਠੇ ਆਪਣਾ ਆਈਲੈਟਸ ਦਾ ਪੇਪਰ ਆਪ ਭਰ ਸਕਦੇ ਹੋ ਅਜਿਹੀ ਆਈਲੈਟਸ ਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਜੁੜੇ ਰਹੋ ਮੇਰੇ ਨਾਲ ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਟ ਟੀਵੀ ਜੇਕਰ ਤੁਸੀਂ ਅਬਰੋਡ ਦੇ ਵਿੱਚ ਜਾ ਕੇ ਸਟੱਡੀ ਜਾਂ ਜੌਬ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੇ ਲਈ ਇੰਗਲਿਸ਼ ਲੈਂਗੁਏਜ ਟੈਸਟ ਕਲੀਅਰ ਕਰਨਾ ਪਵੇਗਾ ਜਿਸ ਦਾ ਨਾਮ ਆਈਲੈਟਸ ਹੈ ਯਾਨੀ ਕਿ ਆਈਲੈਟਸ ਇਸ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਪੂਲਰ ਇੰਗਲਿਸ਼ ਲੈਂਗੁਏਜ ਟੈਸਟ ਹੈ ਇਸ ਦਾ ਅੰਦਾਜ਼ਾ ਤੁਹਾਨੂੰ ਇੱਥੋਂ ਹੀ ਹੋ ਜਾਵੇਗਾ ਕਿ ਹਰ ਸਾਲ 2 ਮਿਲੀਅਨ ਤੋਂ ਜ਼ਿਆਦਾ ਲੋਕ ਇਹ ਟੈਸਟ ਨੂੰ ਦਿੰਦੇ ਨੇ ਪਿਛਲੇ 25 ਸਾਲਾਂ ਤੋਂ ਜ਼ਿਆਦਾ ਸਮੇਂ ਦੇ ਵਿੱਚ ਇਹ ਟੈਸਟ ਇੰਗਲਿਸ਼ ਲੈਂਗੁਏਜ ਸਕਿੱਲ ਟੈਸਟਿੰਗ ਦੇ ਵਿੱਚ ਨੰਬਰ 1 ਬਣਿਆ ਹੋਇਆ ਹੈ ਇਸ ਲਈ 10,000 ਤੋਂ ਜ਼ਿਆਦਾ ਆਰਗੇਨਾਈਜੇਸ਼ਨ ਆਈਲੈਟਸ ਸਕੋਰ ਨੂੰ ਇੰਗਲਿਸ਼ ਦੇ ਪ੍ਰੂਫ ਦੇ ਵਿੱਚ ਲੈਂਦੀਆਂ ਨੇ ਇਸੇ ਦੌਰਾਨ ਅਸੀਂ ਵੀ ਤੁਹਾਨੂੰ ਇਸ ਕੋਰਸ ਬਾਰੇ ਕੁਝ ਜਾਣਕਾਰੀਆਂ ਦੇਣ ਲੱਗੇ ਹਾਂ ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਆਈਲੈਟਸ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਜਾਣਕਾਰੀਆਂ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਦੀ ਫੁੱਲ ਫਾਰਮ ਕੀ ਹੈ ਆਈਲੈਟਸ ਦੀ ਫੁੱਲ ਫਾਰਮ ਹੈ ਜੀ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਟੈਸਟ ਕਿਸ ਪਰਪਜ਼ ਲਈ ਤਿਆਰ ਕੀਤਾ ਗਿਆ ਹੈ ਆਈਲੈਟਸ ਕੈਂਡੀਡੇਟ ਦੀ ਇੰਗਲਿਸ਼ ਲੈਂਗੁਏਜ ਲੇਬਿਲਿਟੀ ਨੂੰ ਚੈੱਕ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਜਿਹੜੇ ਸਟੱਡੀ ਜਾਂ ਜੌਬ ਦੇ ਲਈ ਉਹ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਹਨ ਜਿੱਥੇ ਕਮਿਊਨੀਕੇਸ਼ਨ ਦੇ ਲਈ ਇੰਗਲਿਸ਼ ਲੈਂਗੁਏਜ ਨੂੰ ਵਰਤਿਆ ਜਾਂਦਾ ਹੈ ਉਦਾਹਰਨ ਦੇ ਲਈ ਜਿਵੇਂ ਤੁਸੀਂ ਕੈਨੇਡਾ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਅਜਿਹੇ ਵਿੱਚ ਤੁਹਾਡਾ ਆਈਲੈਟਸ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਇਹ ਰੂਲ ਹੋਰ ਵੀ ਕਈ ਦੇਸ਼ਾਂ ਦੀ ਯੂਨੀਵਰਸਿਟੀਆਂ ਦੇ ਵਿੱਚ ਲਾਗੂ ਹੁੰਦਾ ਹੈ ਹੁਣ ਸਵਾਲ ਇਹ ਆਉਂਦਾ ਹੈ ਕਿ ਆਈਲੈਟਸ ਤੁਸੀਂ ਕਦੋਂ ਕਲੀਅਰ ਕਰ ਸਕਦੇ ਹੋ ਇਸ ਦਾ ਪਹਿਲਾ ਜਵਾਬ ਤਾਂ ਇਹ ਹੈ ਜਦੋਂ ਤੁਸੀਂ ਫੋਰਨ ਦੇ ਵਿੱਚ ਸਟੱਡੀ ਕਰਨ ਜਾਣਾ ਹੋਵੇ ਇਸ ਦਾ ਦੂਜਾ ਜਵਾਬ ਇਹ ਹੈ ਕਿ ਜਦੋਂ ਤੁਸੀਂ ਫੋਰਨ ਦੇ ਵਿੱਚ ਜਾ ਕੇ ਜੌਬ ਕਰਨੀ ਹੋਵੇ ਇਸ ਦਾ ਤੀਜਾ ਜਵਾਬ ਇਹ ਹੈ ਕਿ ਜਦੋਂ ਤੁਸੀਂ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਪ੍ਰਵਾਸ ਕਰਨ ਦੀ ਪਲੈਨਿੰਗ ਕਰ ਰਹੇ ਹੋਵੋ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ USA ਤੇ UK ਦੀ ਇਮੀਗ੍ਰੇਸ਼ਨ ਦੇ ਵਿੱਚ ਆਈਲੈਟਸ ਦਾ ਹੋਣਾ ਜ਼ਰੂਰੀ ਹੈ ਆਈਲੈਟਸ ਦੀ ਜੇਕਰ ਗੱਲ ਕਰੀਏ ਤਾਂ ਆਈਲੈਟਸ ਇੰਗਲਿਸ਼ ਲੈਂਗੁਏਜ ਟੈਸਟ ਦੇ ਵਿੱਚ ਬਹੁਤ ਭਰੋਸੇਯੋਗ ਨਾਮ ਹੈ ਆਈਲੈਟਸ ਟੈਸਟ ਨੂੰ ਕੈਂਬਰਿਜ ਯੂਨੀਵਰਸਿਟੀ ਦੇ ਐਕਸਪਰਟਸ ਨੇ ਤਿਆਰ ਕੀਤਾ ਹੈ ਆਈਲੈਟਸ ਦੇ ਪੇਪਰ ਸਾਲ ਦੇ ਵਿੱਚ 48 ਦਿਨ ਲਏ ਜਾਂਦੇ ਨੇ ਯਾਨੀ ਕਿ ਇੱਕ ਮਹੀਨੇ ਦੇ ਵਿੱਚ 4 ਦਿਨ ਇਸ ਦੇ ਟੈਸਟ ਸਕੋਰ ਨੂੰ ਜ਼ਿਆਦਾਤਰ ਆਰਗੇਨਾਈਜੇਸ਼ਨ ਅਕਸੈਪਟ ਕਰਦੀਆਂ ਨੇ ਇਸ ਟੈਸਟ ਦੇ ਵਿੱਚ ਫੇਸ ਟੂ ਫੇਸ ਇੰਟਰੈਕਸ਼ਨ ਹੁੰਦਾ ਹੈ ਇਸ ਲਈ ਆਈਲੈਟਸ ਨੂੰ ਸਾਰੇ ਟੈਸਟਾਂ ਦੇ ਵਿੱਚੋਂ ਭਰੋਸੇਯੋਗ ਮੰਨਿਆ ਜਾਂਦਾ ਹੈ ਆਈਲੈਟਸ ਟੈਸਟ ਦੇ ਲਈ ਜੇਕਰ ਮਿਨੀਮਮ ਰਿਕੁਆਇਰਮੈਂਟ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਲਈ ਉਮਰ ਹੋਣੀ ਚਾਹੀਦੀ ਹੈ 16 ਸਾਲ ਅਤੇ ਨਾਲ ਹੀ ਆਈਲੈਟਸ ਟੈਸਟ ਦੇਣ ਵਾਲੇ ਕੋਲ ਵੈਲਿਡ ਪਾਸਪੋਰਟ ਹੋਣਾ ਜ਼ਰੂਰੀ ਹੈ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਵੀ ਕੰਡੀਸ਼ਨ ਪੂਰੀ ਨਾ ਹੋਣ ਤੇ ਤੁਸੀਂ ਇਹ ਟੈਸਟ ਨਹੀਂ ਦੇ ਸਕਦੇ ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਦਾ ਟੈਸਟ ਕਿੰਨੀ ਵਾਰ ਦਿੱਤਾ ਜਾ ਸਕਦਾ ਹੈ ਆਈਲੈਟਸ ਦਾ ਟੈਸਟ ਤੁਸੀਂ ਜਿੰਨੀ ਵਾਰ ਚਾਹੋ ਉਨੀ ਵਾਰ ਹੀ ਦੇ ਸਕਦੇ ਹੋ ਜੇਕਰ ਗੱਲ ਕੀਤੀ ਜਾਵੇ ਇਸ ਟੈਸਟ ਦੀ ਵੈਲਿਡਿਟੀ ਦੀ ਤਾਂ ਇਹ ਟੈਸਟ 2 ਸਾਲ ਤੱਕ ਵੈਲਿਡ ਰਹਿੰਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਜੀ ਤੁਸੀਂ ਆਈਲੈਟਸ ਦਾ ਟੈਸਟ ਕਿਵੇਂ ਘਰ ਬੈਠੇ ਆਪਣੇ ਆਪ ਭਰ ਸਕਦੇ ਹੋ ਯਾਨੀ ਕਿ ਇਸ ਟੈਸਟ ਦਾ ਰਜਿਸਟ੍ਰੇਸ਼ਨ ਪ੍ਰੋਸੈਸ ਕੀ ਹੈ ਆਈਲੈਟਸ ਟੈਸਟ ਦੇ ਰਜਿਸਟ੍ਰੇਸ਼ਨ ਦੇ ਲਈ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਮੋਡ ਨੂੰ ਯੂਜ਼ ਕਰ ਸਕਦੇ ਹੋ ਜਾਂ ਫਿਰ ਨੇੜੇ ਦੇ IDB ਆਈਲੈਟਸ ਬ੍ਰਾਂਚ ਤੇ ਜਾ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਯਾਨੀ ਕਿ ਤੁਸੀਂ ਆਨਲਾਈਨ ਜਾਂ ਆਫਲਾਈਨ ਦੋਨੇ ਤਰੀਕਿਆਂ ਦੇ ਨਾਲ ਆਈਲੈਟਸ ਦਾ ਪੇਪਰ ਭਰ ਸਕਦੇ ਹੋ ਰਜਿਸਟ੍ਰੇਸ਼ਨ ਫਾਰ ਟੈਸਟ ਆਪਸ਼ਨ ਨੂੰ ਤੁਸੀਂ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਕੰਪਿਊਟਰ ਬੇਸਡ ਜਾਂ ਪੇਪਰ ਬੇਸਡ ਟੈਸਟ ਦੇ ਵਿੱਚੋਂ ਇੱਕ ਆਪਸ਼ਨ ਸਿਲੈਕਟ ਕਰਨੀ ਪਵੇਗੀ ਯਾਨੀ ਕਿ ਤੁਸੀਂ ਆਨਲਾਈਨ ਜਾਂ ਆਫਲਾਈਨ ਮੋਡ ਦੇ ਵਿੱਚੋਂ ਕੋਈ ਵੀ ਇੱਕ ਮੋਡ ਸਿਲੈਕਟ ਕਰ ਸਕਦੇ ਹੋ ਦੋਨੇ ਹੀ ਆਪਸ਼ਨਾਂ ਦਾ ਪੈਟਰਨ ਬਿਲਕੁਲ ਇੱਕੋ ਜਿਹਾ ਹੁੰਦਾ ਹੈ ਇਸ ਤੋਂ ਬਾਅਦ ਤੁਹਾਨੂੰ 2 ਮੋਡਿਊਲ ਦੇ ਆਪਸ਼ਨ ਮਿਲਦੇ ਨੇ ਅਕੈਡਮਿਕ ਅਤੇ ਜਰਨਲ ਦੇ ਅਕੈਡਮਿਕ ਟੈਸਟ ਉਹਨਾਂ ਦੇ ਲਈ ਹੁੰਦਾ ਹੈ ਜਿਹੜੇ ਹਾਇਰ ਐਜੂਕੇਸ਼ਨ ਦੇ ਲਈ ਅਬਰੋਡ ਜਾਣਾ ਚਾਹੁੰਦੇ ਨੇ ਤੇ ਅਜਿਹੇ ਪ੍ਰੋਫੈਸ਼ਨਲ ਜਿਹੜੇ ਅਬਰੋਡ ਦੇ ਵਿੱਚ ਵਰਕ ਅਪਰਚੁਨਿਟੀ ਦੇ ਲਈ ਜਾਣਾ ਚਾਹੁੰਦੇ ਨੇ ਜਦਕਿ ਜਰਨਲ ਟੈਸਟ ਉਹਨਾਂ ਦੇ ਲਈ ਹੁੰਦਾ ਹੈ ਜਿਹੜੇ ਅਜਿਹੇ ਦੇਸ਼ ਦੇ ਵਿੱਚ ਵਸਣਾ ਚਾਹੁੰਦੇ ਨੇ ਜਿੱਥੇ ਇੰਗਲਿਸ਼ ਲੈਂਗੁਏਜ ਬੋਲੀ ਜਾਂਦੀ ਹੈ ਯਾਨੀ ਕਿ ਇਹ ਮੋਡਿਊਲ ਮੋਸਟਲੀ ਇਮੀਗ੍ਰੇਸ਼ਨ ਕੇਸ ਦੇ ਵਿੱਚ ਹੀ ਅਪਲਾਈ ਹੁੰਦਾ ਹੈ ਟੈਸਟ ਮੋਡਿਊਲ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਟੈਸਟ ਦੀ ਲੋਕੇਸ਼ਨ ਸਿਲੈਕਟ ਕਰਨੀ ਪੈਂਦੀ ਹੈ ਇਸ ਤੋਂ ਬਾਅਦ ਤੁਹਾਨੂੰ ਅਵੇਲੇਬਲ ਡੇਟ ਅਤੇ ਟਾਈਮ ਦੀ ਆਪਸ਼ਨ ਮਿਲ ਜਾਵੇਗੀ ਜਿਸ ਨੂੰ ਕਨਫਰਮ ਕਰਨ ਤੋਂ ਬਾਅਦ ਤੇ ਬਾਕੀ ਦੀ ਸਾਰੀ ਡਿਟੇਲ ਭਰਨ ਤੋਂ ਪਿੱਛੋਂ ਤੁਹਾਨੂੰ ਆਪਣੇ ਪਾਸਪੋਰਟ ਦੀ ਕਲਰ ਫੋਟੋ ਕਾਪੀ ਵੀ ਅਪਲੋਡ ਕਰਨੀ ਪਵੇਗੀ ਤੇ ਇਸ ਤੋਂ ਬਾਅਦ ਇਹ ਸਾਰਾ ਪ੍ਰੋਸੈਸ ਪੂਰਾ ਹੋ ਜਾਵੇਗਾ ਤੇ ਹੁਣ ਤੁਹਾਨੂੰ ਟੈਸਟ ਦੀ ਫੀਸ ਭਰਨੀ ਪਵੇਗੀ ਜੋ ਕਿ ਤਕਰੀਬਨ ਅੱਜ 14,000 ਦੇ ਆਸ-ਪਾਸ ਹੈ ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਐਗਜ਼ਾਮ ਪੈਟਰਨ ਦੇ ਬਾਰੇ ਆਈਲੈਟਸ ਐਗਜ਼ਾਮ ਦੇ ਵਿੱਚ 4 ਸੈਕਸ਼ਨ ਹੁੰਦੇ ਨੇ ਰੀਡਿੰਗ ਰਾਈਟਿੰਗ ਲਿਸਨਿੰਗ ਸਪੀਕਿੰਗ ਆਈਲੈਟਸ ਦੇ ਐਗਜ਼ਾਮ ਦਾ ਟਾਈਮ 2 ਘੰਟੇ 45 ਮਿੰਟ ਹੁੰਦਾ ਹੈ ਆਈਲੈਟਸ ਦੇ 2 ਪੈਟਰਨ ਯਾਨੀ ਕਿ ਅਕੈਡਮਿਕ ਤੇ ਜਰਨਲ ਲਿਸਨਿੰਗ ਅਤੇ ਸਪੀਕਿੰਗ ਸੈਕਸ਼ਨ ਇੱਕੋ ਜਿਹੇ ਹੁੰਦੇ ਨੇ ਜਦਕਿ ਰੀਡਿੰਗ ਅਤੇ ਰਾਈਟਿੰਗ ਸੈਕਸ਼ਨ ਡਿਫਰੈਂਟ ਹੁੰਦੇ ਨੇ ਆਈਲੈਟਸ ਸਪੀਕਿੰਗ ਦੇ ਵਿੱਚ ਕੈਂਡੀਡੇਟ ਦਾ ਐਗਜ਼ਾਮਿਨਰ ਦੇ ਨਾਲ ਫੇਸ ਟੂ ਫੇਸ ਸਾਹਮਣਾ ਹੁੰਦਾ ਹੈ ਇਸ ਸੈਕਸ਼ਨ ਦੇ 3 ਪਾਰਟ ਹੁੰਦੇ ਨੇ ਤੇ ਹਰ ਪਾਰਟ ਰਿਕਾਰਡ ਕੀਤਾ ਜਾਂਦਾ ਹੈ ਇਸ ਸੈਕਸ਼ਨ ਦਾ ਟੋਟਲ ਟਾਈਮ 11 ਤੋਂ 14 ਮਿੰਟ ਹੁੰਦਾ ਹੈ ਆਈਲੈਟਸ ਲਿਸਨਿੰਗ ਸੈਕਸ਼ਨ ਦੇ ਵਿੱਚ ਕੈਂਡੀਡੇਟ ਨੂੰ ਨੇਟਿਵ ਇੰਗਲਿਸ਼ ਸਪੀਕਰ ਦੀਆਂ 4 ਰਿਕਾਰਡਿੰਗਾਂ ਸੁਣ ਕੇ 40 ਸਵਾਲਾਂ ਦੇ ਜਵਾਬ ਦੇਣੇ ਹੁੰਦੇ ਨੇ ਇਸ ਦੇ ਵਿੱਚ ਟਾਈਮ ਹੁੰਦਾ ਹੈ ਜੀ 30 ਮਿੰਟ ਆਈਲੈਟਸ ਰੀਡਿੰਗ ਸੈਕਸ਼ਨ ਦੇ ਵਿੱਚ ਅਕੈਡਮਿਕ ਅਤੇ ਜਰਨਲ ਕੈਂ
ਜਵਾਬ ਦੇਣੇ ਹੁੰਦੇ ਨੇ। ਆਈਲੈਸ ਰਾਈਟਿੰਗ ਸਿਸਟਮ ਅਕੈਡਮਿਕ ਅਤੇ ਜਰਨਲ ਕੈਂਡੀਡੇਟ ਦੇ ਲਈ ਇਸ ਸੈਕਸ਼ਨ ਦੇ ਵਿੱਚ 60 ਮਿੰਟ ਦੇ ਵਿੱਚ ਦੋ ਰਾਈਟਿੰਗ ਟਾਸਕ ਅਟੈਂਪਟ ਕਰਨੇ ਹੁੰਦੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਸ ਦਾ ਬੈਂਡ ਸਕੋਰ ਕਿੰਨਾ ਹੁੰਦਾ ਹੈ। ਓਵਰਆਲ ਆਈਲੈਸ ਬੈਂਡ ਸਕੋਰ 1 ਤੋਂ 9 ਤੱਕ ਹੁੰਦਾ ਹੈ, ਜਿਸ ਦੇ ਵਿੱਚ 9 ਬੈਂਡ ਸਕੋਰ ਦਾ ਮਤਲਬ ਹੁੰਦਾ ਹੈ ਐਕਸਪਰਟ ਯੂਜ਼ਰ, 8 ਬੈਂਡ ਦਾ ਮਤਲਬ ਹੁੰਦਾ ਹੈ ਵੈਰੀ ਗੁੱਡ ਯੂਜ਼ਰ, ਤੇ 1 ਤੱਕ ਆਉਂਦੇ ਆਉਂਦੇ ਇਹ ਸਕੋਰ ਡਾਊਨ ਹੁੰਦਾ ਜਾਂਦਾ ਹੈ, ਯਾਨੀ ਕਿ 1 ਦਾ ਮਤਲਬ ਹੁੰਦਾ ਹੈ ਨੌਨ ਯੂਜ਼ਰ। ਓਵਰਆਲ ਬੈਂਡ ਸਕੋਰ ਦੇ ਵਿੱਚ ਆਈਲੈਟਸ ਦਾ ਮਿਨੀਮਮ ਸਕੋਰ 6.1 ਹੁੰਦਾ ਹੈ। ਅਲੱਗ ਅਲੱਗ ਦੇਸ਼ਾਂ ਦੇ ਅਕੋਰਡਿੰਗ ਆਈਲੈਟਸ ਦੇ ਸਕੋਰ ਵੀ ਬਦਲਦੇ ਰਹਿੰਦੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਜੀ ਆਈਲੈਟਸ ਦਾ ਰਿਜ਼ਲਟ ਕਿੰਨੇ ਟਾਈਮ ਦੇ ਵਿੱਚ ਆ ਜਾਂਦਾ ਹੈ। ਆਈਲੈਟਸ ਦਾ ਰਿਜ਼ਲਟ ਟੈਸਟ ਦੇ 13 ਦਿਨਾਂ ਦੇ ਅੰਦਰ ਅੰਦਰ ਆ ਜਾਂਦਾ ਹੈ। ਇਹ ਟੈਸਟ ਕਿੱਥੋਂ ਕੀਤਾ ਜਾਂਦਾ ਹੈ? ਇਸ ਦਾ ਜਵਾਬ ਇਹ ਹੈ ਕਿ ਆਈਲੈਟਸ ਦੇ ਟੈਸਟ ਸੈਂਟਰ ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਨੇ। ਇਸ ਦੇ 500 ਸੈਂਟਰ ਨੇ ਤੇ ਪੂਰੀ ਦੁਨੀਆ ਦੇ 120 ਦੇਸ਼ਾਂ ਦੇ ਵਿੱਚ ਇਹ ਮੌਜੂਦ ਨੇ। ਇਸ ਦੀ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਆਪਣੇ ਸੈਂਟਰ ਦਾ ਪਤਾ ਲਗਾ ਸਕਦੇ ਹੋ। ਇਸ ਦੇ ਇੰਡੀਆ ਦੇ ਵਿੱਚ ਅਹਿਮਦਾਬਾਦ, ਹੈਦਰਾਬਾਦ, ਨਵੀਂ ਮੁੰਬਈ, ਪੁਣੇ, ਨਵੀਂ ਦਿੱਲੀ, ਜੈਪੁਰ, ਦੇਹਰਾਦੂਨ, ਕਲਕੱਤਾ, ਚੰਡੀਗੜ੍ਹ ਸਣੇ ਇੰਡੀਆ ਦੇ 50 ਸ਼ਹਿਰਾਂ ਦੇ ਵਿੱਚ ਤੁਹਾਨੂੰ ਟੈਸਟਿੰਗ ਸੈਂਟਰ ਮਿਲ ਜਾਣਗੇ। ਇਸ ਟੈਸਟ ਦੀ ਤਿਆਰੀ ਦੇ ਲਈ ਤੁਸੀਂ ਪ੍ਰੈਕਟਿਸ ਟੈਸਟ ਡਾਊਨਲੋਡ ਕਰ ਸਕਦੇ ਹੋ। ਇਸ ਦੀ ਜ਼ਿਆਦਾ ਜਾਣਕਾਰੀ ਲਈ ਤੁਸੀਂ ielts-idp-india.com ਤੇ ਜਾ ਸਕਦੇ ਹੋ। ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ielts ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਉਮੀਦ ਕਰਦੇ ਹਾਂ ਕਿ ਇਸ ਦੇ ਨਾਲ ਤੁਹਾਨੂੰ ਕਾਫੀ ਹੈਲਪ ਮਿਲੇਗੀ। ਧੰਨਵਾਦ।